ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਮਹਾਨ ਪਹਿਲਾ ਕੀਰਤਨ ਜੋ ਨਿਕਲ ਰਿਹਾ ਜੀ, ਇਹ ਬਾਬਾ ਬੁੱਢਾ ਜੀ ਦੇ ਆਖਰੀ ਸਮੇਂ 'ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜੀ ਯਾਦ ਕਰਨ 'ਤੇ ਇਹ ਪਹਿਲੀ ਵਾਰੀ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ ਤੋਂ ਗੁਰਦੁਆਰਾ ਸਮਾਧ ਰਮਦਾਸ ਵਿਖੇ ਜਾ ਰਿਹਾ ਜੀ। ਇਹ ਬੜਾ ਉਤਸ਼ਾਹ ਸੀ ਸੰਗਤਾਂ 'ਚ, ਪਹਿਲੇ ਕਦੀ ਵੀ ਇਹ ਨਗਰ ਕੀਰਤਨ ਜਿਹੜਾ ਨਗਰ ਕੀਰਤਨ ਦੇ ਰੂਪ 'ਚ ਨਹੀਂ ਜਾਏਗਾ, ਤਾਂ ਇਹ ਪਹਿਲੀ ਵਾਰੀ ਅਸੀਂ ਜਾ ਰਹੇ ਹਾਂ। ਬਹੁਤ ਬਹੁਤ ਉਤਸ਼ਾਹ ਹੈ ਸੰਗਤਾਂ 'ਚ, ਇਲਾਕੇ ਦੀਆਂ ਸੰਗਤਾਂ 'ਚ। ਦੇਖੋ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਕਿੱਦਾਂ ਗੁਰੂ ਮਹਾਰਾਜ ਦੇ ਕਾਫਲੇ ਦਾ ਜੋ ਸਤਿਕਾਰ ਹੋ ਰਿਹਾ ਜੀ, ਇਹ ਪਹਿਲਾ ਅਤੇ ਸਦਾ ਹੀ ਜਾਂਦਾ ਰਹੇਗਾ ਇੱਥੋਂ ਨਗਰ ਕੀਰਤਨ ਜੀ। ਇਤਿਹਾਸ ਜਦੋਂ ਬਾਬਾ ਜੀ ਦਾ, ਬਾਬਾ ਬੁੱਢਾ ਜੀ ਦਾ ਅੰਤ ਸਮਾਂ ਸੀ ਆਖਰੀ ਸਮੇਂ 'ਤੇ, ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਯਾਦ ਕੀਤਾ ਸੀ ਕਿ ਮੇਰੇ ਜੋ ਆਪਣੇ ਪ੍ਰਾਣ ਨੇ, ਜੋ ਸਾਹਸ ਹੈ, ਉਹਨਾਂ ਦੀ ਗੋਦ 'ਚ ਨਿਕਲਣ ਜਾਂ ਉਹਨਾਂ ਦੀ ਹਾਜ਼ਰੀ 'ਚ ਨਿਕਲਣ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹ ਜੀ ਸਵੀ ਸ਼੍ਰੀ ਹਰਗੋਬਿੰਦਪੁਰ ਤੋਂ ਰਮਦਾਸ ਪਹੁੰਚੇ ਸਨ ਜੀ, ਉਹਨਾਂ ਦੀ ਯਾਦ ਦੇ ਵਿੱਚ ਇਹ ਨਿਕਲਦੇ ਨੇ। ਮਹੇਸ਼ ਸਿੰਘ ਚੀਮਾ ਜੀ, ਮੈਂ ਰਿਸੀਵਰ ਗੁਰਦੁਆਰਾ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਮਹਾਨ ਪਹਿਲਾ ਕੀਰਤਨ ਜੋ ਨਿਕਲ ਰਿਹਾ ਜੀ, ਇਹ ਬਾਬਾ ਬੁੱਢਾ ਜੀ ਦੇ ਆਖਰੀ ਸਮੇਂ 'ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਨ 'ਤੇ ਇਹ ਪਹਿਲੀ ਵਾਰੀ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ ਤੋਂ ਗੁਰਦੁਆਰਾ ਸਮਾਧ ਰਮਦਾਸ ਵਿਖੇ ਜਾ ਰਿਹਾ ਜੀ। ਇਹ ਬੜਾ ਉਤਸ਼ਾਹ ਸੀ ਸੰਗਤਾਂ 'ਚ, ਪਹਿਲੇ ਕਦੀ ਵੀ ਇਹ ਨਗਰ ਕੀਰਤਨ ਜਿਹੜਾ ਨਗਰ ਕੀਰਤਨ ਦੇ ਰੂਪ 'ਚ ਨਹੀਂ ਜਾਏਗਾ, ਤਾਂ ਇਹ ਪਹਿਲੀ ਵਾਰੀ ਅਸੀਂ ਜਾ ਰਹੇ ਹਾਂ। ਬਹੁਤ ਬਹੁਤ ਉਤਸ਼ਾਹ ਹੈ ਸੰਗਤਾਂ 'ਚ, ਇਲਾਕੇ ਦੀਆਂ ਸੰਗਤਾਂ 'ਚ। ਦੇਖੋ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਕਿੱਦਾਂ ਗੁਰੂ ਮਹਾਰਾਜ ਦੇ ਕਾਫਲੇ ਦਾ ਜੋ ਸਤਿਕਾਰ ਹੋ ਰਿਹਾ ਜੀ, ਇਹ ਪਹਿਲਾ ਅਤੇ ਸਦਾ ਹੀ ਜਾਂਦਾ ਰਹੇਗਾ ਇੱਥੋਂ ਨਗਰ ਕੀਰਤਨ ਜੀ। ਇਤਿਹਾਸ ਜਦੋਂ ਬਾਬਾ ਜੀ ਦਾ, ਬਾਬਾ ਬੁੱਢਾ ਜੀ ਦਾ ਅੰਤ ਸਮਾਂ ਸੀ ਆਖਰੀ ਸਮੇਂ 'ਤੇ, ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਯਾਦ ਕੀਤਾ ਸੀ ਕਿ ਮੇਰੇ ਜੋ ਆਪਣੇ ਪ੍ਰਾਣ ਨੇ, ਜੋ ਸਾਹਸ ਹੈ, ਉਹਨਾਂ ਦੀ ਗੋਦ 'ਚ ਨਿਕਲਣ ਜਾਂ ਉਹਨਾਂ ਦੀ ਹਾਜ਼ਰੀ 'ਚ ਨਿਕਲਣ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹ ਜੀ ਸਵੀ ਸ਼੍ਰੀ ਹਰਗੋਬਿੰਦਪੁਰ ਤੋਂ ਰਮਦਾਸ ਪਹੁੰਚੇ ਸਨ ਜੀ, ਉਹਨਾਂ ਦੀ ਯਾਦ ਦੇ ਵਿੱਚ ਇਹ ਨਿਕਲਦੇ ਨੇ। ਮਹੇਸ਼ ਸਿੰਘ ਚੀਮਾ ਜੀ, ਮੈਂ ਰਿਸੀਵਰ ਗੁਰਦੁਆਰਾ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਮਹਾਨ ਪਹਿਲਾ ਕੀਰਤਨ ਜੋ ਨਿਕਲ ਰਿਹਾ ਜੀ, ਇਹ ਬਾਬਾ ਬੁੱਢਾ ਜੀ ਦੇ ਆਖਰੀ ਸਮੇਂ 'ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਨ 'ਤੇ ਇਹ ਪਹਿਲੀ ਵਾਰੀ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ ਤੋਂ ਗੁਰਦੁਆਰਾ ਸਮਾਧ ਰਮਦਾਸ ਵਿਖੇ ਜਾ ਰਿਹਾ ਜੀ। ਇਹ ਬੜਾ ਉਤਸ਼ਾਹ ਸੀ ਸੰਗਤਾਂ 'ਚ, ਪਹਿਲੇ ਕਦੀ ਵੀ ਇਹ ਨਗਰ ਕੀਰਤਨ ਜਿਹੜਾ ਨਗਰ ਕੀਰਤਨ ਦੇ ਰੂਪ 'ਚ ਨਹੀਂ ਜਾਏਗਾ, ਤਾਂ ਇਹ ਪਹਿਲੀ ਵਾਰੀ ਅਸੀਂ ਜਾ ਰਹੇ ਹਾਂ। ਬਹੁਤ ਬਹੁਤ ਉਤਸ਼ਾਹ ਹੈ ਸੰਗਤਾਂ 'ਚ, ਇਲਾਕੇ ਦੀਆਂ ਸੰਗਤਾਂ 'ਚ। ਦੇਖੋ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਕਿੱਦਾਂ ਗੁਰੂ ਮਹਾਰਾਜ ਦੇ ਕਾਫਲੇ ਦਾ ਜੋ ਸਤਿਕਾਰ ਹੋ ਰਿਹਾ ਜੀ, ਇਹ ਪਹਿਲਾ ਅਤੇ ਸਦਾ ਹੀ ਜਾਂਦਾ ਰਹੇਗਾ ਇੱਥੋਂ ਨਗਰ ਕੀਰਤਨ ਜੀ। ਇਤਿਹਾਸ ਜਦੋਂ ਬਾਬਾ ਜੀ ਦਾ, ਬਾਬਾ ਬੁੱਢਾ ਜੀ ਦਾ ਅੰਤ ਸਮਾਂ ਸੀ ਆਖਰੀ ਸਮੇਂ 'ਤੇ, ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਯਾਦ ਕੀਤਾ ਸੀ ਕਿ ਮੇਰੇ ਜੋ ਆਪਣੇ ਪ੍ਰਾਣ ਨੇ, ਜੋ ਸਾਹਸ ਹੈ, ਉਹਨਾਂ ਦੀ ਗੋਦ 'ਚ ਨਿਕਲਣ ਜਾਂ ਉਹਨਾਂ ਦੀ ਹਾਜ਼ਰੀ 'ਚ ਨਿਕਲਣ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹ ਜੀ ਸਵੀ ਸ਼੍ਰੀ ਹਰਗੋਬਿੰਦਪੁਰ ਤੋਂ ਰਮਦਾਸ ਪਹੁੰਚੇ ਸਨ ਜੀ, ਉਹਨਾਂ ਦੀ ਯਾਦ ਦੇ ਵਿੱਚ ਇਹ ਨਿਕਲਦੇ ਨੇ। ਮਹੇਸ਼ ਸਿੰਘ ਚੀਮਾ ਜੀ, ਮੈਂ ਰਿਸੀਵਰ ਗੁਰਦੁਆਰਾ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ।